ਅਕਾਲੀ ਦਲ ਇੱਕ ਬਹੁਤ ਪੁਰਾਣੀ ਪਾਰਟੀ ਆ, ਉਹਦੇ ਵਿੱਚ ਜਿਹੜਾ ਵੀ ਕੁਛ ਹੋ ਰਿਹਾ ਉਹ ਮੰਦਭਾਗਾ ਏ, ਬੜਾ ਮਾੜਾ ਏ, ਬਹੁਤ ਪੁਰਾਣਾ ਪਾਰਟੀ ਦਾ ਇਤਿਹਾਸ ਆ। ਅਤੇ ਸਾਰਿਆਂ ਨੂੰ ਇਕੱਲਾ ਇਹ ਨਹੀਂ ਹੁੰਦਾ ਵੋਟਾਂ ਦੀ ਰਾਜਨੀਤੀ, ਅਸੀਂ ਹਾਰੇ ਹਾਂ, ਜਿੱਤੇ ਹਾਂ, ਜਾਂ ਵੋਟਾਂ ਕਿੰਨੀਆਂ ਪਈਆਂ ਨਹੀਂ ਪਿੰਨੀਆਂ, ਇਹਦੇ ਬਹੁਤ ਚੰਗੇ ਵਿਚਾਰਾਂ ਵਾਲੀ ਪਾਰਟੀ ਆ, ਬਹੁਤ ਕੁਰਬਾਨੀਆਂ ਦਿੱਤੀਆਂ ਇਸ ਪਾਰਟੀ ਨੇ ਅਤੇ ਤਾਂ ਦੇਸ਼ ਆਜ਼ਾਦ ਹੋਇਆ। ਖਾਸ ਤੌਰ 'ਤੇ ਉਦੋਂ ਬਾਅਦ ਪੰਜਾਬ ਨੂੰ, ਸਿੱਖੀ ਨੂੰ, ਪੰਜਾਬੀਆਂ ਨੂੰ ਬੜੀ ਦੇਣ। ਅਤੇ ਉਹ ਧਰੋਹਰ ਜਿਹੜੇ ਅੱਜ ਦੇ ਨੇ, ਚਾਹੇ ਕੋਈ ਉਲਟਾ ਕੋਈ ਨਾਲ, ਅੱਜ ਉਹਨਾਂ ਦੀ ਜ਼ਿੰਮੇਵਾਰੀ ਆ ਵੀ ਅਕਾਲੀ ਦਲ ਨੂੰ ਸੰਭਾਲ ਕੇ ਰੱਖਣ, ਜਿਹੜਾ ਕਿ ਇਹਨਾਂ ਦੇ ਬਜ਼ੁਰਗਾਂ ਨੇ ਜੋ ਜੋ ਘਾਲਣਾ ਘਾਲੀਆਂ ਹੈ, ਇਹ ਤਾਂ ਅੱਜ ਇਹਨਾਂ ਨੂੰ ਬਣਿਆ ਬਣਾਇਆ ਮਿਲਿਆ, ਥੋੜ੍ਹੀ ਇਹਨੂੰ ਤੋੜ ਦਿਉ, ਜਿੰਨਾ ਜੋੜਨ ਦੀ ਕੋਸ਼ਿਸ਼ ਕਰੋ। ਸਿਆਣੇ ਸਿਆਣੇ ਬੰਦੇ ਨੇ, ਮੈਂ ਕੋਈ ਸਲਾਹ ਨਹੀਂ ਦੇ ਸਕਦਾ, ਪਰ ਮੈਂ ਅਕਾਲੀ ਦਲ ਬਾਰੇ ਤਾਂ ਪੜ੍ਹਿਆ ਨਾ, ਉਹਨਾਂ ਬਾਰੇ ਤਾਂ ਸੁਣਿਆ ਨਾ, ਉਹ ਅਕਾਲੀ ਬਣੋ ਜਿਹੜਾ ਅਸਲੀ ਅਕਾਲੀ ਸੀ, ਦਲ ਨਾ ਬਣੋ ਇਕੱਲਾ, ਅਕਾਲੀ ਬਣੋ। ਅਕਾਲੀ ਦਲ ਇੱਕ ਬਹੁਤ ਪੁਰਾਣੀ ਪਾਰਟੀ ਆ, ਉਹਦੇ ਵਿੱਚ ਜਿਹੜਾ ਵੀ ਕੁਛ ਹੋ ਰਿਹਾ ਉਹ ਮੰਦਭਾਗਾ ਏ, ਬੜਾ ਮਾੜਾ ਏ, ਬਹੁਤ ਪੁਰਾਣਾ ਪਾਰਟੀ ਦਾ ਇਤਿਹਾਸ ਆ। ਅਤੇ ਸਾਰਿਆਂ ਨੂੰ ਇਕੱਲਾ ਇਹ ਨਹੀਂ ਹੁੰਦਾ ਵੋਟਾਂ ਦੀ ਰਾਜਨੀਤੀ, ਅਸੀਂ ਹਾਰੇ ਹਾਂ, ਜਿੱਤੇ ਹਾਂ, ਜਾਂ ਵੋਟਾਂ ਕਿੰਨੀਆਂ ਪਈਆਂ ਨਹੀਂ ਪਿੰਨੀਆਂ, ਇਹਦੇ ਬਹੁਤ ਚੰਗੇ ਵਿਚਾਰਾਂ ਵਾਲੀ ਪਾਰਟੀ ਆ, ਬਹੁਤ ਕੁਰਬਾਨੀਆਂ ਦਿੱਤੀਆਂ ਇਸ ਪਾਰਟੀ ਨੇ ਅਤੇ ਤਾਂ ਦੇਸ਼ ਆਜ਼ਾਦ ਹੋਇਆ। ਖਾਸ ਤੌਰ 'ਤੇ ਉਦੋਂ ਬਾਅਦ ਪੰਜਾਬ ਨੂੰ, ਸਿੱਖੀ ਨੂੰ, ਪੰਜਾਬੀਆਂ ਨੂੰ ਬੜੀ ਦੇਣ। ਅਤੇ ਉਹ ਧਰੋਹਰ ਜਿਹੜੇ ਅੱਜ ਦੇ ਨੇ, ਚਾਹੇ ਕੋਈ ਉਲਟਾ ਕੋਈ ਨਾਲ, ਅੱਜ ਉਹਨਾਂ ਦੀ ਜ਼ਿੰਮੇਵਾਰੀ ਆ ਵੀ ਅਕਾਲੀ ਦਲ ਨੂੰ ਸੰਭਾਲ ਕੇ ਰੱਖਣ, ਜਿਹੜਾ ਕਿ ਇਹਨਾਂ ਦੇ ਬਜ਼ੁਰਗਾਂ ਨੇ ਜੋ ਜੋ ਘਾਲਣਾ ਘਾਲੀਆਂ ਹੈ, ਇਹ ਤਾਂ ਅੱਜ ਇਹਨਾਂ ਨੂੰ ਬਣਿਆ ਬਣਾਇਆ ਮਿਲਿਆ ਹੈ, ਥੋੜ੍ਹੀ ਇਹਨੂੰ ਤੋੜ ਦਿਉ, ਜਿੰਨਾ ਜੋੜਨ ਦੀ ਕੋਸ਼ਿਸ਼ ਕਰੋ। ਸਿਆਣੇ ਸਿਆਣੇ ਬੰਦੇ ਨੇ, ਮੈਂ ਕੋਈ ਸਲਾਹ ਨਹੀਂ ਦੇ ਸਕਦਾ, ਪਰ ਮੈਂ ਅਕਾਲੀ ਦਲ ਬਾਰੇ ਤਾਂ ਪੜ੍ਹਿਆ ਨਾ, ਉਹਨਾਂ ਬਾਰੇ ਤਾਂ ਸੁਣਿਆ ਨਾ, ਉਹ ਅਕਾਲੀ ਬਣੋ ਜਿਹੜਾ ਅਸਲੀ ਅਕਾਲੀ ਸੀ, ਦਲ ਨਾ ਬਣੋ ਇਕੱਲਾ, ਅਕਾਲੀ ਬਣੋ। ਅਕਾਲੀ ਦਲ ਇੱਕ ਬਹੁਤ ਪੁਰਾਣੀ ਪਾਰਟੀ ਆ, ਉਹਦੇ ਵਿੱਚ ਜਿਹੜਾ ਵੀ ਕੁਛ ਹੋ ਰਿਹਾ ਉਹ ਮੰਦਭਾਗਾ ਏ, ਬੜਾ ਮਾੜਾ ਏ, ਬਹੁਤ ਪੁਰਾਣਾ ਪਾਰਟੀ ਦਾ ਇਤਿਹਾਸ ਆ। ਅਤੇ ਸਾਰਿਆਂ ਨੂੰ ਇਕੱਲਾ ਇਹ ਨਹੀਂ ਹੁੰਦਾ ਵੋਟਾਂ ਦੀ ਰਾਜਨੀਤੀ, ਅਸੀਂ ਹਾਰੇ ਹਾਂ, ਜਿੱਤੇ ਹਾਂ, ਜਾਂ ਵੋਟਾਂ ਕਿੰਨੀਆਂ ਪਈਆਂ ਨਹੀਂ ਪਿੰਨੀਆਂ, ਇਹਦੇ ਬਹੁਤ ਚੰਗੇ ਵਿਚਾਰਾਂ ਵਾਲੀ ਪਾਰਟੀ ਆ, ਬਹੁਤ ਕੁਰਬਾਨੀਆਂ ਦਿੱਤੀਆਂ ਇਸ ਪਾਰਟੀ ਨੇ ਅਤੇ ਤਾਂ ਦੇਸ਼ ਆਜ਼ਾਦ ਹੋਇਆ। ਖਾਸ ਤੌਰ 'ਤੇ ਉਦੋਂ ਬਾਅਦ ਪੰਜਾਬ ਨੂੰ, ਸਿੱਖੀ ਨੂੰ, ਪੰਜਾਬੀਆਂ ਨੂੰ ਬੜੀ ਦੇਣ। ਅਤੇ ਉਹ ਧਰੋਹਰ ਜਿਹੜੇ ਅੱਜ ਦੇ ਨੇ, ਚਾਹੇ ਕੋਈ ਉਲਟਾ ਕੋਈ ਨਾਲ, ਅੱਜ ਉਹਨਾਂ ਦੀ ਜ਼ਿੰਮੇਵਾਰੀ ਆ ਵੀ ਅਕਾਲੀ ਦਲ ਨੂੰ ਸੰਭਾਲ ਕੇ ਰੱਖਣ, ਜਿਹੜਾ ਕਿ ਇਹਨਾਂ ਦੇ ਬਜ਼ੁਰਗਾਂ ਨੇ ਜੋ ਜੋ ਘਾਲਣਾ ਘਾਲੀਆਂ ਹੈ, ਇਹ ਤਾਂ ਅੱਜ ਇਹਨਾਂ ਨੂੰ ਬਣਿਆ ਬਣਾਇਆ ਮਿਲਿਆ ਹੈ, ਥੋੜ੍ਹੀ ਇਹਨੂੰ ਤੋੜ ਦਿਉ, ਜਿੰਨਾ ਜੋੜਨ ਦੀ ਕੋਸ਼ਿਸ਼ ਕਰੋ। ਸਿਆਣੇ ਸਿਆਣੇ ਬੰਦੇ ਨੇ, ਮੈਂ ਕੋਈ ਸਲਾਹ ਨਹੀਂ ਦੇ ਸਕਦਾ, ਪਰ ਮੈਂ ਅਕਾਲੀ ਦਲ ਬਾਰੇ ਤਾਂ ਪੜ੍ਹਿਆ ਨਾ, ਉਹਨਾਂ ਬਾਰੇ ਤਾਂ ਸੁਣਿਆ ਨਾ, ਉਹ ਅਕਾਲੀ ਬਣੋ ਜਿਹੜਾ ਅਸਲੀ ਅਕਾਲੀ ਸੀ, ਦਲ ਨਾ ਬਣੋ ਇਕੱਲਾ, ਅਕਾਲੀ ਬਣੋ। ਅਕਾਲੀ ਦਲ ਇੱਕ ਬਹੁਤ ਪੁਰਾਣੀ ਪਾਰਟੀ ਆ, ਉਹਦੇ ਵਿੱਚ ਜਿਹੜਾ ਵੀ ਕੁਛ ਹੋ ਰਿਹਾ ਉਹ ਮੰਦਭਾਗਾ ਏ, ਬੜਾ ਮਾੜਾ ਏ, ਬਹੁਤ ਪੁਰਾਣਾ ਪਾਰਟੀ ਦਾ ਇਤਿਹਾਸ ਆ। ਅਤੇ ਸਾਰਿਆਂ ਨੂੰ ਇਕੱਲਾ ਇਹ ਨਹੀਂ ਹੁੰਦਾ ਵੋਟਾਂ ਦੀ ਰਾਜਨੀਤੀ, ਅਸੀਂ ਹਾਰੇ ਹਾਂ, ਜਿੱਤੇ ਹਾਂ, ਜਾਂ ਵੋਟਾਂ ਕਿੰਨੀਆਂ ਪਈਆਂ ਨਹੀਂ ਪਿੰਨੀਆਂ, ਇਹਦੇ ਬਹੁਤ ਚੰਗੇ ਵਿਚਾਰਾਂ ਵਾਲੀ ਪਾਰਟੀ ਆ, ਬਹੁਤ ਕੁਰਬਾਨੀਆਂ ਦਿੱਤੀਆਂ ਇਸ ਪਾਰਟੀ ਨੇ ਅਤੇ ਤਾਂ ਦੇਸ਼ ਆਜ਼ਾਦ ਹੋਇਆ। ਖਾਸ ਤੌਰ 'ਤੇ ਉਦੋਂ ਬਾਅਦ ਪੰਜਾਬ ਨੂੰ, ਸਿੱਖੀ ਨੂੰ, ਪੰਜਾਬੀਆਂ ਨੂੰ ਬੜੀ ਦੇਣ। ਅਤੇ ਉਹ ਧਰੋਹਰ ਜਿਹੜੇ ਅੱਜ ਦੇ ਨੇ, ਚਾਹੇ ਕੋਈ ਉਲਟਾ ਕੋਈ ਨਾਲ, ਅੱਜ ਉਹਨਾਂ ਦੀ ਜ਼ਿੰਮੇਵਾਰੀ ਆ ਵੀ ਅਕਾਲੀ ਦਲ ਨੂੰ ਸੰਭਾਲ ਕੇ ਰੱਖਣ, ਜਿਹੜਾ ਕਿ ਇਹਨਾਂ ਦੇ ਬਜ਼ੁਰਗਾਂ ਨੇ ਜੋ ਜੋ ਘਾਲਣਾ ਘਾਲੀਆਂ ਹੈ, ਇਹ ਤਾਂ ਅੱਜ ਇਹਨਾਂ ਨੂੰ ਬਣਿਆ ਬਣਾਇਆ ਮਿਲਿਆ ਹੈ, ਥੋੜ੍ਹੀ ਇਹਨੂੰ ਤੋੜ ਦਿਉ, ਜਿੰਨਾ ਜੋੜਨ ਦੀ ਕੋਸ਼ਿਸ਼ ਕਰੋ। ਸਿਆਣੇ ਸਿਆਣੇ ਬੰਦੇ ਨੇ, ਮੈਂ ਕੋਈ ਸਲਾਹ ਨਹੀਂ ਦੇ ਸਕਦਾ, ਪਰ ਮੈਂ ਅਕਾਲੀ ਦਲ ਬਾਰੇ ਤਾਂ ਪੜ੍ਹਿਆ ਨਾ, ਉਹਨਾਂ ਬਾਰੇ ਤਾਂ ਸੁਣਿਆ ਨਾ, ਉਹ ਅਕਾਲੀ ਬਣੋ ਜਿਹੜਾ ਅਸਲੀ ਅਕਾਲੀ ਸੀ, ਦਲ ਨਾ ਬਣੋ ਇਕੱਲਾ, ਅਕਾਲੀ ਬਣੋ।